ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਉਸ ਦੇ ਬਿਹੇਵੀਅਰ ਦੇ ਵਿੱਚ ਬਹੁਤ ਸਾਰੇ ਚੇਂਜਸ ਆਉਂਦੇ ਨੇ। ਕਈ ਵਾਰੀ ਇਦਾਂ ਹੁੰਦਾ ਹੈ ਕਿ ਉਹਦਾ ਬਿਹੇਵੀਅਰ ਬਹੁਤ ਅਗਰੈਸ਼ਨ ਨਾਲ ਭਰਿਆ ਹੁੰਦਾ ਹੈ ਅਤੇ ਅਸੀਂ ਮੰਮੀਆਂ ਕੀ ਕਰਦੀਆਂ ਆ ਉੱਥੇ ਉਸ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੰਦੀਆਂ, ਜਿਸ ਦਾ ਨਤੀਜਾ ਇਹ ਹੁੰਦਾ ਜਾਂ ਤਾਂ ਬੱਚਾ ਸਾਡੇ ਤੋਂ ਦੂਰ ਹੋਣਾ ਸ਼ੁਰੂ ਹੋ ਜਾਂਦਾ ਜਾਂ ਸਾਡਾ ਬੱਚਾ ਸਾਨੂੰ ਸਾਡੇ ਅਗਰੈਸ਼ਨ ਦਾ ਜਵਾਬ ਦੋਹਰਾ ਤੇਰਾ ਕਰਕੇ ਵਾਪਸ ਕਰਦਾ ਜਾਂ ਕਈ ਵਾਰੀ ਉਹ ਸਾਡੇ ਉੱਤੇ ਹੱਥ ਚੱਕਣਾ ਵੀ ਸ਼ੁਰੂ ਕਰ ਦਿੰਦਾ। ਹੈਲੋ ਮਮਾਜ਼ ਐਂਡ ਮਮਾਜ਼ ਦੇ ਗੁੱਡੀ ਬਾਈਜ਼, ਵੈਲਕਮ ਟੂ ਰਿਤਵੀ ਬਹਿਲ ਐਂਡ ਮਮਾ ਰੌਕਸ। ਮੈਂ ਹਾਂ ਤੁਹਾਡੀ ਹੋਸਟ ਅਤੇ ਦੋਸਤ ਮੀਨਾਕਸ਼ੀ। ਮੇਰੇ ਵੱਲੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਵੀਡੀਓ ਦਾ ਟਾਈਟਲ ਦੇਖ ਕੇ ਤੁਸੀਂ ਸਮਝ ਗਏ ਹੋਣੇ ਆ ਕਿ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਪੂਰੀ ਬੱਚਿਆਂ ਦੇ ਨਾਲ ਰਿਲੇਟਡ ਹੈਗੀ ਹੈ, ਪੂਰੀ ਤਰ੍ਹਾਂ ਚਾਈਲਡ ਸਾਈਕੋਲੋਜੀ ਦੇ ਉੱਤੇ ਬੇਸਡ ਹੈਗੀ ਹੈ। ਡਿਊਰਿੰਗ ਦਿਸ ਲੋਕਡਾਊਨ, ਜਦੋਂ ਬੱਚਿਆਂ ਦਾ ਸਕੂਲ ਨਹੀਂ ਲੱਗ ਰਿਹਾ, ਬੱਚੇ 24 ਘੰਟੇ ਘਰ ਨੇ ਅਤੇ ਮੰਮਾਜ਼ ਨੂੰ ਆਪਣੇ ਲਈ ਬਿਲਕੁਲ ਟਾਈਮ ਨਹੀਂ ਮਿਲਦਾ ਪਿਆ, ਸਿਰਫ ਉਹ ਬੱਚਿਆਂ ਦੇ ਆਲੇ ਦੁਆਲੇ ਘੁੰਮਦੀਆਂ ਪਈਆਂ ਨੇ, ਅਤੇ ਕੁਛ ਕੁ ਮੰਮਾਜ਼ ਜਿਹੜੀਆਂ ਨੇ ਨਾ ਉਹ ਇਹ ਕਹਿੰਦੀਆਂ ਨੇ ਕਿ ਬਈ ਇਹ ਤਾਂ ਮੇਰੇ ਕੋਲੋਂ ਮੰਨਦਾ ਨਹੀਂ ਹੈਗਾ ਜਾਂ ਬਈ ਇਹਦੇ ਅੱਗੇ ਮੇਰੇ ਹੱਥ ਖੜੇ ਨੇ। ਬਹੁਤ ਸਾਰੇ ਇੱਦਾਂ ਦੇ ਜਿਹੜੇ ਮੈਸੇਜ ਹੈਗੇ ਔਰ ਲਗਾਤਾਰ ਮੈਨੂੰ ਮੇਰੇ ਇੰਸਟਾਗ੍ਰਾਮ ਪੇਜ ਦੇ ਉੱਤੇ ਜਾਂ ਮੇਰੇ ਈਮੇਲ ਸੈਕਸ਼ਨ ਜਾਂ ਕਮੈਂਟਸ ਦੇ ਵਿੱਚ ਮਿਲਦੇ ਨੇ ਕਿ ਮੈਮ ਪਲੀਜ਼ ਦੱਸੋ ਕਿ ਆਪਾਂ ਆਪਣੇ ਬੱਚਿਆਂ ਨੂੰ ਕਿੱਦਾਂ ਸੁਧਾਰੀਏ, ਸਾਡੇ ਬੱਚੇ ਇਸ ਪੀਰੀਅਡ ਦੌਰਾਨ ਤਾਂ ਬਹੁਤ ਹੀ ਜ਼ਿਆਦਾ ਜਿਹੜੇ ਹੈ ਉਹ ਜ਼ਿੱਦੀ ਹੋ ਗਏ ਨੇ। ਅਤੇ ਦੋਸਤੋ, ਪਹਿਲਾਂ ਤਾਂ ਜਿਹੜੀ ਆ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਮੋਟੀਵੇਸ਼ਨਲ ਸਟੋਰੀ ਜਿਹੜੀ ਆ ਉਹ ਸ਼ੇਅਰ ਕਰਨਾ ਚਾਹਾਂਗੀ। ਇਸ ਮੋਟੀਵੇਸ਼ਨਲ ਸਟੋਰੀ ਨੂੰ ਸੁਣ ਕੇ ਤੁਹਾਡੀ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਸੋਲਵ ਹੋ ਜਾਣਗੀਆਂ। ਇੱਕ ਵਾਰੀ ਕੀ ਹੁੰਦਾ, ਇੱਕ ਮੰਮਾ ਆਪਣੇ ਬੱਚੇ ਨੂੰ ਲੈ ਕੇ ਨਾ ਮਾਰਕੀਟ ਜਾਂਦੀ ਹੈ ਕੁਝ ਸ਼ੋਪਿੰਗ ਕਰਨ ਵਾਸਤੇ, ਅਤੇ ਉੱਥੇ ਨਾ ਬੱਚੇ ਨੂੰ ਕੋਈ ਟੋਏ ਪਸੰਦ ਆ ਜਾਂਦਾ। ਬੱਚਾ ਪਹਿਲਾਂ ਤਾਂ ਬੜੇ ਪਿਆਰ ਨਾਲ ਆਪਣੀ ਮੰਮਾ ਨੂੰ ਕਹਿੰਦਾ ਹੈ ਕਿ ਮੰਮਾ ਮੈਨੂੰ ਨਾ ਉਹ ਟੋਏ ਚਾਹੀਦਾ, ਦੈਨ ਮੰਮਾ ਉਹਨੂੰ ਰਿਫਿਊਜ਼ ਕਰ ਦਿੰਦੀ ਹੈ ਕਿ ਨਹੀਂ ਮੈਂ ਨਹੀਂ ਲੈ ਕੇ ਦੇ ਸਕਦੀ। ਉਹਦੇ ਕੁਛ ਵੀ ਰੀਜ਼ਨ ਹੋ ਸਕਦਾ, ਉਹਨੇ ਉਹਨੂੰ ਮਨਾ ਕਰ ਦਿੱਤਾ ਅਤੇ ਮੈਂ ਨਹੀਂ ਲੈ ਕੇ ਦੇਣਾ। ਬੱਚੇ ਨੇ ਕੀ ਕੀਤਾ, ਉੱਥੇ ਟੈਂਟਰਮ ਕਰਨੇ ਸ਼ੁਰੂ ਕਰ ਦਿੱਤੇ, ਉਹਨੇ ਕੀ ਕੀਤਾ ਥੱਲੇ ਲੇਟ ਕੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਾਂ ਆਪਣੀ ਮੰਮਾ ਦੇ ਨਾਲ ਉਹਨੇ ਘੁਲਣਾ ਪਿਲਣਾ ਸ਼ੁਰੂ ਕਰ ਦਿੱਤਾ। ਮੰਮਾ ਗੁੱਸੇ 'ਚ ਆ ਜਾਂਦੀ ਹੈ, ਮੰਮਾ ਸੋਚਦੀ ਹੈ ਕਿ ਸਾਰੀ ਮਾਰਕੀਟ ਦੇ ਵਿੱਚ ਇੰਨੇ ਲੋਕ ਹੀ ਮੈਨੂੰ ਦੇਖਦੇ ਪਿਆ, ਇੱਥੇ ਤਾਂ ਇਹਨੇ ਮੇਰੀ ਬੇਇੱਜ਼ਤੀ ਕਰ ਦਿੱਤੀ, ਅਤੇ ਮੰਮਾ ਕੀ ਕਰਦੀ ਹੈ ਉਹਦੇ ਪਟਕ ਤਨੀ ਇੱਕ ਥੱਪੜ ਮਾਰ ਦਿੰਦੀ ਹੈ। ਜਿੱਦਾਂ ਹੀ ਉਹ ਥੱਪੜ ਮਾਰਦੀ ਹੈ, ਜਿਹੜਾ ਬੱਚਾ ਅਗਰੈਸਿਵ ਹੋਇਆ ਹੁੰਦਾ ਪਹਿਲੇ ਹੀ ਬੜਾ ਗੁੱਸੇ 'ਚ ਹੁੰਦਾ ਕਿਉਂਕਿ ਉਹਦੀ ਜਿੱਦ ਨਹੀਂ ਮੰਨੀ ਗਈ, ਅਤੇ ਬੱਚਾ ਕੀ ਕਰਦਾ ਹੋਰ ਅਗਰੈਸਿਵ ਹੋ ਜਾਂਦਾ ਅਤੇ ਉਹ ਬਦਲੇ ਦੇ ਵਿੱਚ ਆਪਣੀ ਮੰਮਾ ਦੇ ਜਿਹੜਾ ਹੈਗਾ ਆ ਉਹ ਮਾਰ ਦਿੰਦਾ ਹੈਗਾ। ਅਤੇ ਬਸ ਇੱਦਾਂ ਹੀ ਉਹਨਾਂ ਦੀ 5-6 ਮਿੰਟ ਜਿਹੜੀ ਹੈ ਬਹੁਤ ਜ਼ਿਆਦਾ ਜਿਹੜੀ ਆਪਸ 'ਚ ਉਹਨਾਂ ਦੇ ਚਪਟ ਹੁੰਦੀ ਹੈ, ਅਤੇ ਐਟਲੀਸਟ ਐਂਡ ਦੇ ਵਿੱਚ ਕੀ ਹੁੰਦਾ ਕਿ ਮੰਮਾ ਉਹਨੂੰ ਬੱਚੇ ਨੂੰ ਘੜੀਸ ਕੇ ਮਾਰਕੀਟ ਤੋਂ ਲੈ ਕੇ ਘਰ ਆ ਜਾਂਦੀ ਹੈ। ਲੇਕਿਨ ਜਦੋਂ ਮੰਮਾ ਘਰ ਆਉਂਦੀ ਹੈ ਨਾ, ਅਤੇ ਮੰਮਾ ਸੋਚੀ ਪੈ ਜਾਂਦੀ ਹੈ ਕਿ ਹਾਏ ਇਹ ਤਾਂ ਮੇਰੀ ਬੜੀ ਬੇਇੱਜ਼ਤੀ ਕਰਾਤੀ, ਮੈਂ ਕੀ ਕਰਾਂ, ਮੈਂ ਤੈਨੂੰ ਕੁੱਟ ਮਾਰ ਕੇ ਵੀ ਦੇਖ ਲਿਆ ਲੇਕਿਨ ਇਹ ਸੁਧਰਦਾ ਨਹੀਂ ਪਿਆ। ਅਤੇ ਉਹ ਡਿਸਾਈਡ ਕਰਦੀ ਹੈ, ਆਪਣੇ ਫੈਮਿਲੀ ਮੈਂਬਰਸ ਨਾਲ ਡਿਸਕਸ ਕਰਦੀ ਹੈ, ਅਤੇ ਇੱਕ ਦੋ ਫਰੈਂਡਸ ਉਹਨੂੰ ਸੁਜੈਸਟ ਕਰਦੀਆਂ ਨੇ ਕਿ ਤੂੰ ਨਾ ਕਿਸੇ ਕੌਂਸਲਰ ਕੋਲ ਲੈ ਜਾ, ਬੱਚਿਆਂ ਦੇ ਕੌਂਸਲਰ ਕੋਲ ਚਲੀ ਜਾ। ਉਹ ਨੈਕਸਟ ਡੇ ਕੀ ਕਰਦੀ ਹੈ, ਕਿਸੇ ਕੌਂਸਲਰ ਕੋਲ ਚਲੀ ਜਾਂਦੀ ਹੈ ਅਤੇ ਉਹਦੇ ਨਾਲ ਜਾ ਕੇ ਆਪਣੀ ਜਿਹੜੀ ਸਾਰੀ ਸਿਚੁਏਸ਼ਨ ਹੈ ਉਹਨੂੰ ਦੱਸਦੀ ਹੈ ਕਿ ਬਾਈ ਮੇਰੇ ਬੱਚੇ ਦੇ ਅੱਗੇ ਤਾਂ ਮੇਰੇ ਹੱਥ ਖੜੇ ਨੇ, ਮੈਨੂੰ ਮੰਨਦਾ ਨਹੀਂ ਹੈਗਾ ਜਾਂ ਮੈਨੂੰ ਉਲਟ ਕੇ ਜਵਾਬ ਦਿੰਦਾ ਹੈ ਜਾਂ ਮੈਨੂੰ ਘੁੱਟਦਾ ਮਾਰਦਾ ਹੈਗਾ। ਦੈਨ ਕੌਂਸਲਰ ਅੱਗੇ ਪੁੱਛਦਾ ਕਿ ਤੁਹਾਡੇ ਬੱਚੇ ਦੀ ਏਜ ਕਿੰਨੀ ਹੈ, ਅਤੇ ਜਿਹੜੀ ਮੰਮਾ ਕਹਿੰਦੀ ਹੈ ਕਿ 4-5 ਸਾਲ ਮੇਰੇ ਬੱਚੇ ਦੀ ਏਜ ਹੈਗੀ ਹੈ, 4 ਸਾਲ ਲੈ ਕੇ ਚੱਲੋ, 4 ਸਾਲ ਮੇਰੇ ਬੱਚੇ ਦੀ ਏਜ ਹੈਗੀ ਹੈ। ਦੈਨ ਕੌਂਸਲਰ ਕਹਿੰਦਾ ਹੈ, ਓਕੇ ਮੈਮ ਡੋਂਟ ਵਰੀ, ਤੁਸੀਂ ਇੱਦਾਂ ਕਰੋ, ਘਰ ਜਾਓ, ਤੁਸੀਂ ਕਿਚਨ ਦੇ ਵਿੱਚ ਅੱਗੇ ਕੁਸ਼ਚਨ ਕਰਦਾ, ਤੁਸੀਂ ਕਿਚਨ ਦੇ ਵਿੱਚ ਗਰੋਸਰੀ ਰੱਖੀ ਹੋਈ ਹੈ, ਆਪਣਾ ਰਾਸ਼ਨ ਪਾਣੀ ਰੱਖ ਦਿਓ? ਉਹ ਕਹਿੰਦੀ ਹਾਂਜੀ, ਆਪਾਂ 2 ਮਹੀਨੇ ਦਾ ਸਟੋਕ ਜਿਹੜਾ ਰੱਖਦੇ ਹਾਂ। ਉਹ ਕਹਿੰਦਾ ਕਿੰਨੇ ਕੁ ਡੱਬੇ ਹੋਣਗੇ ਤੁਹਾਡੀ ਕਿਚਨ ਦੇ ਵਿੱਚ ਦਾਲਾਂ ਦੇ? ਅਤੇ ਮੰਮਾ ਕਹਿੰਦੀ 8-10 ਡੱਬੇ ਹੈਗੇ ਆ, 7-8 ਤਰ੍ਹਾਂ ਦੀਆਂ ਦਾਲਾਂ ਹੈਗੀਆਂ ਨੇ, ਬਾਕੀ ਸਮਾਨ ਅਲੱਗ ਹੈਗਾ। ਅਤੇ ਉਹ ਕਹਿੰਦਾ ਇੱਦਾਂ ਕਰੋ, ਤੁਸੀਂ ਜਾ ਕੇ ਨਾ ਜਿੰਨੀਆਂ ਵੀ ਤੁਹਾਡੇ ਕੋਲ ਦਾਲਾਂ ਦੇ ਡੱਬੇ ਹੈਗੇ ਨਾ, ਉਹ ਸਾਰੀਆਂ ਦਾਲਾਂ ਨੂੰ ਇਕੱਠੀਆਂ ਕਰ ਲਓ ਅਤੇ ਇੱਕ ਭਾਂਡੇ ਦੇ ਵਿੱਚ ਪਾ ਲਓ। ਦਾਲਾਂ ਨੂੰ ਇਕੱਠੀਆਂ ਕਰਕੇ ਮਿਕਸ ਕਰ ਲਓ, ਖੋਲ੍ਹੋ ਡੱਬਿਆਂ ਨੂੰ, ਭਾਂਡੇ 'ਚ ਪਾ ਲਓ, ਅਤੇ ਉਹਨਾਂ ਦਾਲਾਂ ਨੂੰ ਵਾਪਸ ਚੁਗ ਚੁਗ ਕੇ ਅਲੱਗ ਅਲੱਗ ਦਾਲ ਨੂੰ ਜਿਹੜਾ ਅਲੱਗ ਅਲੱਗ ਡੱਬੇ ਵਿੱਚ ਉਸੇ ਤਰ੍ਹਾਂ ਪਹਿਲਾਂ ਵਾਂਗ ਪੈਕ ਕਰ ਦਿਓ। ਅਤੇ ਉਹ ਕਹਿੰਦੀ ਹੈ ਇਹਦੇ ਨਾਲ ਕੀ ਹੋਏਗਾ, ਕਹਿੰਦਾ ਤੁਸੀਂ ਇੱਦਾਂ ਕਰੋ, ਸੋਲਿਊਸ਼ਨ ਮੈਂ ਤੁਹਾਨੂੰ ਪਹਿਲਾਂ ਬਾਅਦ 'ਚ ਦੇਵਾਂਗਾ, ਪਹਿਲਾਂ ਤੁਸੀਂ ਇੰਨਾ ਕੰਮ ਕਰਕੇ ਆਓ। ਲੇਡੀ ਉੱਠਦੀ ਹੈ, ਉਹ ਘਰ ਨੂੰ ਆ ਜਾਂਦੀ ਹੈ, ਪਹਿਲਾਂ ਤਾਂ ਸੋਚਦੀ ਹੈ ਕਿ ਕੀ ਅਟਪਟਾ ਜਿਹਾ ਸੋਲਿਊਸ਼ਨ ਹੈ ਕਿ ਦਾਲਾਂ ਪਹਿਲਾਂ ਪਾਊਂਗੀ, ਫਿਰ ਕੱਢੂੰਗੀ, ਫਿਰ ਉਹਨੂੰ ਇਕੱਠਾ ਕਰਕੇ ਡੱਬਿਆਂ ਦੇ ਵਿੱਚ ਪਾ ਕੇ ਫਿਰ ਉਹਦੇ ਕੋਲ ਜਾਊਂਗੀ, ਇਹ ਕਿੱਦਾਂ ਦਾ ਸੋਲਿਊਸ਼ਨ ਹੋਇਆ? ਫਿਰ ਥੋੜ੍ਹੀ ਕੁ ਦੇਰ ਸੋਚਣ ਤੋਂ ਬਾਅਦ ਉਹ ਸੋਚਦੀ ਹੈ ਕਿ ਚਲੋ ਕੋਈ ਨਾ, ਮੈਂ ਕਰ ਲੈਂਦੀ ਹਾਂ ਕਿਉਂਕਿ ਮੇਰੇ ਕੋਲ ਕੋਈ ਹੋਰ ਹੋਪ ਤਾਂ ਹੋਰ ਆਪਸ਼ਨ ਹੈ ਨਹੀਂ, ਇਸ ਤੋਂ ਇਲਾਵਾ ਕੌਂਸਲਰ ਨੇ ਮੈਨੂੰ ਗਾਈਡ ਹੀ ਨਹੀਂ ਕੀਤਾ, ਚਲੋ ਮੈਂ ਕਰਕੇ ਦੇਖਦੀ ਹਾਂ। ਉਹ ਕੀ ਕਰਦੀ ਹੈ, ਸਾਰੇ ਦਾਲਾਂ ਨੂੰ ਇੱਕ ਵੱਡਾ ਭਾਂਡਾ ਲੈਂਦੀ ਹੈ, ਪਤੀਲਾ ਲੈਂਦੀ ਹੈ, ਸਾਰੇ ਦਾਲਾਂ ਦੇ ਡੱਬਿਆਂ ਨੂੰ ਉਲਟ ਕੇ ਉਸ ਪਤੀਲੇ ਦੇ ਵਿੱਚ ਉਹ ਪਾ ਲੈਂਦੀ ਹੈ। ਫਿਰ ਉਹਨੂੰ ਹੌਲੀ ਹੌਲੀ ਚੁਗਣਾ ਸ਼ੁਰੂ ਕਰਦੀ ਹੈ, 1 ਦਿਨ ਲਗਾਉਂਦੀ ਹੈ, 2 ਦਿਨ ਲਗਾਉਂਦੀ ਹੈ, 3 ਦਿਨ ਆਪਣੇ ਬੱਚੇ ਦੀ ਹੈਲਪ ਲੈਂਦੀ ਹੈ, 4th ਦਿਨ, 5th ਦਿਨ, 6ਵੇਂ 7ਵੇਂ ਦਿਨ ਜਾ ਕੇ ਦੁਬਾਰਾ ਉਹਦੀਆਂ ਜਿਹੜੀਆਂ ਦਾਲਾਂ ਦੇ ਡੱਬੇ ਹੈਗੇ ਨੇ ਉਸੇ ਤਰ੍ਹਾਂ ਉਹ ਪੈਕ ਕਰ ਲੈਂਦੀ ਹੈ। ਪੈਕ ਕਰਨ ਤੋਂ ਬਾਅਦ ਉਹ ਅਗਲੇ ਦਿਨ ਕੌਂਸਲਰ ਕੋਲ ਜਾਂਦੀ ਹੈ ਅਤੇ
ਇਹਦੇ ਕੋਲ ਜਾ, ਇਸ ਲਈ ਮੈਂ ਤੁਹਾਡੇ ਕੋਲ ਆਈ ਸੀ। ਨਾਉ ਪਲੀਜ਼ ਮੈਨੂੰ ਸੁਜੈਸਟ ਕਰੋ ਮੈਂ ਕੀ ਕਰਾਂ। ਮੇਰਾ ਬੱਚਾ ਪੂਰੀ ਤਰ੍ਹਾਂ ਵਿਗੜ ਚੁੱਕਾ ਹੈ, ਉਹਦੀ ਸਿਚੁਏਸ਼ਨ ਬਹੁਤ ਖਰਾਬ ਹੈ, ਉਹ ਮੈਨੂੰ ਮੰਨਦਾ ਨਹੀਂ ਹੈ, ਮੇਰੇ ਹੱਥ ਖੜੇ ਹੈ, ਮੇਰੀ ਪਲੀਜ਼ ਹੈਲਪ ਕਰੋ। ਦੈਨ ਕੌਂਸਲਰ ਉਹਨੂੰ ਕਹਿੰਦਾ ਹੈ ਕਿ ਮੈਮ ਤੁਸੀਂ ਇੰਨੀ ਜ਼ਿਆਦਾ ਮਿਹਨਤ ਕਰਕੇ ਆਇਓ, ਮੈਂ ਤੁਹਾਨੂੰ ਕਿਹਾ ਕਿ ਦਾਲਾਂ ਨੂੰ ਮਿਕਸ ਕਰ ਦਿਓ, ਤੁਸੀਂ ਮਿਕਸ ਕਰ ਦਿੱਤਾ, ਫਿਰ ਤੁਸੀਂ ਉਹਨਾਂ 7-8 ਦਾਲਾਂ ਨੂੰ ਅਲੱਗ ਉਹਨਾਂ ਦੇ ਡੱਬਿਆਂ 'ਚ ਪਾ ਕੇ ਆਇਓ, ਇਕੱਲੇ ਇੰਨੀ ਮਿਹਨਤ ਤੁਸੀਂ ਦਾਲਾਂ 'ਤੇ ਕਰਕੇ ਆਇਓ। ਅਤੇ ਉਹ ਕਹਿੰਦੀ ਯੈਸ ਮੈਨੂੰ ਤਾਂ ਕਰਨੀ ਸੀ ਕਿਉਂਕਿ ਮੈਂ ਆਪਣਾ ਬੱਚਾ ਸੁਧਾਰਨਾ। ਤਾਂ ਉਸ ਕਾਉਂਸਲਰ ਨੇ ਅੱਗੇ ਕਿਹਾ ਜਿਹੜੀ ਤੁਸੀਂ ਮਿਹਨਤ ਇੰਨੇ 7-8 ਦਿਨਾਂ ਦਾਲਾਂ 'ਤੇ ਕੀਤੀ, ਜੇ ਤੁਸੀਂ ਆਪਣੇ ਬੱਚੇ ਦੇ ਉੱਤੇ ਕਰ ਲੈਂਦੇ, ਉਹਦੇ ਬਿਹੇਵੀਅਰ ਦੇ ਉੱਤੇ ਕਰ ਲੈਂਦੇ, ਤਾਂ ਅੱਜ ਨੂੰ ਤੁਹਾਡਾ ਬੱਚਾ ਸੁਧਰ ਚੁੱਕਾ ਹੁੰਦਾ। ਉਹ ਲੇਡੀ ਜਿਹੜੀ ਹੈ ਉਹਨੂੰ ਹੱਕੀ ਬੱਕੀ ਰਹਿ ਜਾਂਦੀ ਹੈ ਅਤੇ ਕਾਉਂਸਲਰ ਦੇ ਮੂੰਹ ਵੱਲ ਦੇਖਣ ਲੱਗ ਜਾਂਦੀ ਹੈ ਕਿ ਉਹ ਕਾਉਂਸਲਰ ਕਹਿੰਦਾ ਹੈ ਕਿ ਮੈਮ ਕਾਉਂਸਲਰਸ ਕੋਲ ਕੋਈ ਕੁੱਟੀ ਨਹੀਂ ਹੁੰਦੀ, ਜਿਹੜੀ ਉਹਨਾਂ ਨੇ ਬੱਚੇ ਨੂੰ ਪਿਆ ਦੇਣੀ ਹੈ ਅਤੇ ਬੱਚੇ ਨੇ ਜਿਹੜਾ ਉਹ ਠੀਕ ਹੋ ਜਾਣਾ, ਤੁਹਾਡਾ ਕਹਿਣਾ ਮੰਨਣ ਲੱਗ ਜਾਣਾ ਜਾਂ ਤੁਹਾਡੇ ਮੂਹਰੇ ਜਵਾਬ ਦੇਣ ਨੂੰ ਹਟ ਜਾਣਾ, ਉਹਦੇ ਕੋਲ ਕੋਈ ਕੁੱਟੀ ਨਹੀਂ ਹੁੰਦੀ। ਜਿਹੜੀ ਕੁੱਟੀ ਬੱਚੇ ਨੂੰ ਦੇਣੀ ਹੈ ਨਾ ਉਹ ਮਾਂ ਕੋਲ ਹੁੰਦੀ ਹੈ, ਮਾਂ ਨੂੰ ਜਿਹੜਾ ਆਪਣੇ ਬੱਚੇ ਦੇ ਬਾਰੇ ਬਿਹਤਰ ਪਤਾ ਹੁੰਦਾ। ਜੇ ਤੁਸੀਂ ਇੰਨੀ ਜ਼ਿਆਦਾ ਮਿਹਨਤ ਇਹਨਾਂ ਨੂੰ ਦਾਲਾਂ ਨੂੰ ਵਿਗਾੜਨ ਸਵਾਰਨ 'ਤੇ ਕਰ ਸਕਦੇ ਹੋ, ਕੀ ਉਹਦੇ ਵਿੱਚੋਂ ਤੁਸੀਂ 80% ਮਿਹਨਤ ਆਪਣੇ ਬੱਚੇ 'ਤੇ ਨਹੀਂ ਕਰ ਸਕਦੇ ਸੀ? ਬੱਚੇ ਦਾ ਬਿਹੇਵੀਅਰ ਕਿੱਥੋਂ ਵਿਗੜਿਆ, ਉਹਦਾ ਬਿਹੇਵ ਇੱਦਾਂ ਦਾ ਹੋਇਆ ਕਿਉਂ, ਉਹਦੀ ਜੜ ਤੱਕ ਜਾਓ। ਇਹ ਨਾ ਦੱਸੋ ਦੇਖੋ ਕਿ ਮੇਰਾ ਬੱਚਾ ਮੈਨੂੰ ਪਲਟ ਕੇ ਜਵਾਬ ਦਿੰਦਾ, ਜਾਂ ਮੇਰਾ ਬੱਚਾ 4 ਬੰਦਿਆਂ ਸਾਹਮਣੇ ਮੇਰੇ ਉੱਤੇ ਹੱਥ ਚੱਕਦਾ ਪਿਆ, ਉਹ ਵੀ 5 ਸਾਲ ਦਾ ਬੱਚਾ। ਯਾਰ ਜੇ ਤੁਸੀਂ 4-5 ਸਾਲ ਦੇ ਬੱਚੇ ਦੇ ਸਾਹਮਣੇ ਇੱਦਾਂ ਹੱਥ ਖੜੇ ਕਰਕੇ ਖੜੇ ਹੋ ਗਏ ਹੋ ਕਿ ਤੋਬਾ ਆਇਆ ਮੈਂ ਤਾਂ ਹੱਥ ਖੜੇ ਕਰ ਦਿੱਤੇ ਨੇ, ਅਤੇ ਜਦੋਂ ਉਹ ਬੱਚਾ 18-19 ਸਾਲ 'ਤੇ ਆਏਗਾ, ਉਹ ਦੁਨੀਆ ਦੇਖੇਗਾ, ਕਾਲਜ ਜਾਏਗਾ, ਭਾਂਤ ਭਾਂਤ ਦੇ ਲੋਕਾਂ ਦੇ ਨਾਲ ਮਿਲੇਗਾ, ਭਾਂਤ ਭਾਂਤ ਦੀਆਂ ਅਕਲਾਂ ਸਿੱਖੇਗਾ, ਭਾਂਤ ਭਾਂਤ ਦੀਆਂ ਐਕਟੀਵਿਟੀ ਸਿੱਖੇਗਾ, ਫਿਰ ਕੀ ਬਣੂਗਾ? ਫਿਰ ਹੁਣ ਤਾਂ ਹੱਥ ਖੜੇ ਕੀਤੇ ਨਹੀਂ, ਉਦੋਂ ਆਪਾਂ ਕੀ ਖੜੇ ਕਰਾਂਗੇ? ਇਸ ਲਈ ਇਹ ਬੋਲਣ ਤੋਂ, ਇਹ ਲਫ਼ਜ਼ ਆਪਣੇ ਮੂੰਹ 'ਚੋਂ ਕੱਢਣ ਨਾਲ ਕਿ ਮੇਰਾ ਬੱਚਾ ਬੁਰਾ ਵਿਗੜ ਚੁੱਕਾ ਹੈ, ਮੇਰੇ ਕੰਟਰੋਲ ਤੋਂ ਬਾਹਰ ਹੈ, ਮੈਂ ਉਹਨੂੰ ਸੁਧਾਰ ਨਹੀਂ ਪਾ ਰਹੀ, ਬਲਾ ਬਲਾ ਬਲਾ, ਇਹਨਾਂ ਨੂੰ ਨਾ ਬੋਲੋ, ਸਗੋਂ ਇਹ ਦੇਖੋ ਕਿ ਜਿਹੜੀ ਮੇਰੇ ਬੱਚੇ ਦੀ ਬੈਡ ਐਕਟੀਵਿਟੀ ਹੈ, ਉਹ ਐਕਟੀਵਿਟੀ ਦੀ ਸ਼ੁਰੂਆਤ ਕਿੱਥੋਂ ਹੋਈ, ਉਹਦਾ ਰੀਜ਼ਨ ਕੀ ਹੈ। ਇਹ ਬੱਚਾ ਤੁਹਾਨੂੰ ਗੁੱਸਾ ਦਿਖਾਉਂਦਾ ਹੈ ਤਾਂ ਉਹਦੇ ਗੁੱਸੇ ਦਾ ਜਵਾਬ ਗੁੱਸੇ ਦੇ ਵਿੱਚ ਨਾ ਦਿਓ। ਇੱਕ ਵਾਰੀ ਜੋ ਤੁਹਾਡੀ ਡਿਸਰਿਸਪੈਕਟ ਕਰ ਗਿਆ, ਦੈਟਸ ਓਕੇ, ਉਹਨੂੰ ਕਰਨ ਦਿਓ, ਲੇਕਿਨ ਉਹਨੂੰ ਆਪਣੇ ਪਿਆਰ ਦੇ ਵਿੱਚ ਲਓ, ਆਪਣੇ ਕੰਸੋਲ ਦੇ ਵਿੱਚ ਲਓ, ਕਹਿੰਦੇ ਨਾ ਆਪਣੇ ਆਸਰੇ ਦੇ ਵਿੱਚ ਲਓ। ਮਾਂ ਦੀ ਠੰਡੀ ਛਾਂ ਤੋਂ ਇਲਾਵਾ ਕੋਈ ਇਹੋ ਜਿਹੀ ਠੰਡੀ ਛਾਂ ਨਹੀਂ ਹੁੰਦੀ ਬੱਚੇ ਦੀ ਜਿੱਥੇ ਬੱਚੇ ਦਾ ਗੁੱਸਾ ਜਿਹੜਾ ਸ਼ਾਂਤ ਹੋ ਸਕਦਾ। ਮਾਂ ਸਮਝ ਸਕਦੀ ਹੈ ਕਿ ਮੇਰਾ ਬੱਚਾ ਇੱਦਾਂ ਦਾ ਕਿਉਂ ਬਣਿਆ, ਕਿਉਂਕਿ ਮੋਸਟ ਆਫ ਦਾ ਟਾਈਮ ਬੱਚਾ ਮਾਂ ਦੇ ਕੋਲ ਰਹਿੰਦਾ, ਉਹਨੂੰ ਪਤਾ ਹੈ ਕਿ ਉਹਦੀ ਜਿਹੜੀ ਵਿਗੜੀ ਹੋਈ ਆਦਤ ਹੈ ਉਹ ਕਿੱਥੋਂ ਆਈ ਹੈ ਅਤੇ ਮੈਂ ਉਹਨੂੰ ਕਿੱਦਾਂ ਸੁਧਾਰਨਾ, ਉੱਥੇ ਮਿਹਨਤ ਕਰਨੀ ਹੈ, ਨਾ ਕਿ ਕਹਿੰਦੇ ਨਾ ਢਿੰਡੋਰਾ ਪਿੱਟ ਕੇ ਜਣੇ ਖਣੇ ਨੂੰ ਦੱਸ ਕੇ, ਕੋਈ ਫਲਾਨਾ ਫਰੈਂਡ ਮੇਰੇ ਘਰ ਆ ਗਿਆ, ਹਾਏ ਮੇਰਾ ਬੱਚਾ ਇੱਦਾਂ ਕਰਦਾ, ਤੇਰਾ ਵੀ ਇੱਦਾਂ ਕਰਦਾ, ਜਾਂ ਆਪਣੇ ਫੈਮਿਲੀ ਮੈਂਬਰਸ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਤਾਂ ਮੈਨੂੰ ਮੰਨਦਾ ਹੀ ਨਹੀਂ ਹੈ, ਤਾਂ ਮੇਰੇ ਮੂਹਰੇ ਬੋਲਦਾ ਹੈ, ਬਲਾ ਬਲਾ ਬਲਾ। ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰਨ ਤੋਂ ਬਿਹਤਰ ਇਹ ਹੋਏਗਾ ਕਿ ਤੁਸੀਂ ਇਹ ਸੋਚੋ ਕਿ ਮੇਰਾ ਬੱਚਾ ਇੱਦਾਂ ਦਾ ਬਣਿਆ ਕਿਉਂ ਹੈ। ਫੋਰ ਐਗਜ਼ਾਮਪਲ, ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਤਾਂ ਬੱਚਿਆਂ ਦੀ ਏਜ ਵਾਈਜ਼ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਉਹ ਸਾਨੂੰ ਉਹਨਾਂ ਦੀਆਂ ਆਦਤਾਂ ਦੇ ਵਿੱਚ ਜਿਹੜਾ ਵੱਖਰਾਪਣ ਦੇਖਣ ਨੂੰ ਮਿਲਦਾ। ਜਿੱਦਾਂ ਮੈਂ ਆਪਣੀ ਐਗਜ਼ਾਮਪਲ ਲੈ ਲਾਂ, ਤਾਂ ਹਰਿਥਵੀ ਜਿਹੜੀ ਹੈ ਹੁਣ 4 ਤੋਂ 5 ਸਾਲ ਦੇ ਵਿੱਚ ਹੈਗੀ ਆ, ਉਹ 4.5 ਸਾਲ ਦੀ ਹੋ ਚੁੱਕੀ ਹੈ, ਅਤੇ ਹੁਣ ਉਹਦੀਆਂ ਆਦਤਾਂ ਕੀ ਹੋ ਗਈਆਂ ਨੇ ਕਿ ਉਹ ਹਰ ਗੱਲ ਨੂੰ ਜਵਾਬ ਦਿੰਦੀ ਹੈ। ਆਪਣੇ ਵੱਲੋਂ ਤਾਂ ਉਹ ਅਨਸਰੇਬਲ ਬਣੀ ਹੋਈ ਹੈ ਕਿ ਮੈਂ ਹਰ ਗੱਲ ਦਾ ਜਵਾਬ ਦੇਣਾ, ਕੁਐਸਚਨ ਕਰਦੀ ਹੈ ਹਰ ਗੱਲ 'ਤੇ। ਲੇਕਿਨ ਮੈਨੂੰ ਕਈ ਵਾਰੀ ਲੱਗਦਾ ਹੈ ਕਿ ਇਹਨੇ ਮੈਨੂੰ ਸਾਰਿਆਂ ਦੇ ਸਾਹਮਣੇ ਪਲਟ ਕੇ ਜਵਾਬ ਦਿੱਤਾ। ਜਿੱਦਾਂ ਕਈ ਵਾਰੀ ਕੋਈ ਸ਼ਬਦ ਇੱਦਾਂ ਦਾ ਹੁੰਦਾ ਹੈ, ਜੇ ਹਰਿਥਵੀ ਕਹਿ ਦੇਵੇ ਤਾਂ ਮੈਂ ਉਹਨੂੰ ਬੋਲ ਦਿੰਦੀ ਹਾਂ ਕਿ ਬਾਬੂ ਨਹੀਂ, ਦਿਸ ਇਜ਼ ਅ ਰੋਂਗ ਵਰਡ, ਅਤੇ ਉਹ ਅੱਗੇ ਉਹ ਮੈਨੂੰ ਬੋਲ ਦਿੰਦੀ ਹੈ ਕਿ ਮੰਮਾ ਤੁਸੀਂ ਵੀ ਤਾਂ ਇਹ ਬੋਲਿਆ ਸੀ। ਦੈਨ ਉਸ ਚੀਜ਼ ਨੂੰ ਗੁੱਡ ਵੇ 'ਚ ਲੈ ਕੇ ਚੱਲੋ ਕਿ ਇਹਨੇ ਮੈਨੂੰ ਵੀ ਟੋਕਿਆ, ਹਾਂ ਮੈਂ ਇਹ ਗਲਤ ਬੋਲਿਆ ਤਾਂ ਮੇਰਾ ਬੱਚਾ ਇਹ ਗਲਤ ਬੋਲਦਾ ਪਿਆ। ਇਹ ਬੱਚੇ ਨੇ ਲੱਤਾਂ ਬਾਹਾਂ ਮਾਰਨੀਆਂ ਸਿੱਖ ਲਈਆਂ ਨੇ, ਟੈਂਟਰਮ ਕਰਨੇ ਸਿੱਖ ਲਏ ਨੇ, ਉਹਨੂੰ ਪਤਾ ਹੈ ਮੇਰੀ ਮਾਂ ਦੇ ਸਾਹਮਣੇ ਮੈਂ ਰੋਊਂਗਾ, ਪਿੱਟੂੰਗਾ, ਚਿਲਾਊਂਗਾ ਤਾਂ ਉਹ ਕਹਿਣਾ ਮੰਨ ਜਾਏਗੀ। ਕਿਤੇ ਨਾ ਕਿਤੇ ਉਹਨੇ ਤੁਹਾਡੇ ਤੋਂ ਹੀ ਸਿੱਖਿਆ, ਕਿਤੇ ਨਾ ਕਿਤੇ ਉਹਨੇ ਇਹ ਚੀਜ਼ਾਂ ਦੇਖੀਆਂ ਨੇ, ਫੈਮਿਲੀ 'ਚ ਦੇਖੀਆਂ ਹੋਣਗੀਆਂ। ਫੈਮਿਲੀ 'ਚ ਤਾਂ ਨਹੀਂ, ਅੱਜ ਕੱਲ੍ਹ ਬੱਚਿਆਂ ਦਾ ਬੈਸਟ ਫਰੈਂਡ ਜਿਹੜਾ ਹੁੰਦਾ ਨਾ ਫੋਨ, ਫੋਨ ਤੋਂ ਬੱਚੇ ਬਹੁਤ ਕੁਝ ਸਿੱਖਦੇ ਨੇ। ਅਸੀਂ ਤਾਂ ਆਪਣੇ ਵੱਲੋਂ ਬੱਚਿਆਂ ਨੂੰ ਮੋਰਲ ਸਟੋਰੀਜ਼ ਲਾ ਕੇ ਦੇ ਦਿੰਦੇ ਹਾਂ। ਮੇਰਾ ਪਰਸਨਲ ਐਕਸਪੀਰੀਅੰਸ, ਇੱਕ ਚੈਨਲ ਹੈਗਾ ਆ ਮੋਰਲ ਸਟੋਰੀਜ਼ ਦਾ, ਬਹੁਤ ਅੱਛੀਆਂ ਸਟੋਰੀਜ਼ ਹੁੰਦੀਆਂ, ਨੋ ਵੇ, ਨੋ ਡਾਊਟ ਕਿ ਉਹਨਾਂ ਦੇ ਉੱਤੇ ਅੱਛੀਆਂ ਸਟੋਰੀਜ਼ ਨਹੀਂ ਹੁੰਦੀਆਂ, ਲੇਕਿਨ ਉਹਨਾਂ ਨੇ ਉਹ ਸਟੋਰੀਜ਼ ਜਿਹੜੀਆਂ 7-8 ਸਾਲ ਦੇ ਬੱਚੇ ਨੂੰ ਲੈ ਕੇ ਪਲਾਨ ਕੀਤੀਆਂ ਹੋਈਆਂ ਨੇ, ਜਿਹੜੇ ਉਹਦੇ ਵਿੱਚ ਬੱਚੇ ਕਰੈਕਟਰ ਲਏ ਨੇ ਉਹ 7-8 ਸਾਲ ਦੇ ਹੁੰਦੇ ਨੇ। ਲੇਕਿਨ ਆ ਸਾਡਾ ਹੁਣ 3-4 ਸਾਲ ਦਾ ਬੱਚਾ ਉਹ ਸਟੋਰੀ ਨੂੰ ਸੁਣਦਾ, ਅਤੇ ਉਹਨੂੰ ਉਹਦੇ ਗੱਲਾਂ ਤੋਂ ਉਹ ਬੈਡ ਜਾਂ ਗੁੱਡ ਉਹ ਚੀਜ਼ਾਂ ਨੂੰ ਡਿਸਕ੍ਰਾਈਬ ਨਹੀਂ ਕਰ ਪਾਉਂਦਾ। ਸਿਰਫ ਬੱਚਾ ਉੱਥੇ ਐਕਸ਼ਨ ਦੇਖ ਰਿਹਾ ਹੁੰਦਾ ਕਿ ਦੋ ਬੱਚੇ ਆਪਸ 'ਚ ਲੜਦੇ ਪਏ ਨੇ, ਵੱਡਾ ਬੱਚਾ ਛੋਟਾ ਬੱਚਾ, ਅਤੇ ਛੋਟੇ ਬੱਚੇ ਨੇ ਲੱਤਾਂ ਬਾਹਾਂ ਮਾਰਨੀਆਂ ਸ਼ੁਰੂ ਕੀਤੀਆਂ, ਵੱਡੇ ਨੇ ਕਹਿਣਾ ਮੰਨ ਲਿਆ। ਉਹਨੇ ਸਟੋਰੀ 'ਚ ਇਹੀ ਦੇਖਣਾ, ਉਹਨੇ ਬਾਅਦ 'ਚ ਰਿਜ਼ਲਟ ਨਹੀਂ ਦੇਖਣਾ, ਉਹਦਾ ਮੋਰਲ ਵੈਲਿਊ ਨਹੀਂ ਦੇਖਣੀ ਕੀ ਸੀਗੀ, ਉਹਨੇ ਇਹੀ ਦੇਖਣਾ ਕਿ ਮੰਮੀ ਕਹਿਣਾ ਨਹੀਂ ਮੰਨਦੀ ਪਈ ਸੀ, ਬੱਚਾ ਰੋਣ ਲੱਗਿਆ, ਜ਼ਮੀਨ 'ਤੇ ਲੰਮਾ ਪੈ ਗਿਆ, ਮੰਮੀ ਨੇ ਕਹਿਣਾ
ਇਸ ਲਈ ਉਹਦੇ ਉੱਤੇ ਵੀ ਧਿਆਨ ਦਿਓ। ਅਤੇ ਹਾਂ, ਇਹ ਵਾਰ ਵਾਰ ਹੱਥ ਖੜੇ ਕਰਨੇ ਵਾਲਾ ਜਿਹੜਾ ਵਰਡ ਹੈ ਨਾ ਕਿ ਮੇਰੇ ਹੱਥ ਖੜੇ ਨੇ, ਇਹਨੂੰ ਜਿਹੜਾ ਆਪਣੀ ਲਾਈਫ ਦੇ ਵਿੱਚੋਂ ਕੱਢ ਦਿਓ। ਉਸ ਤੋਂ ਬਾਅਦ ਇੱਕ ਥੋੜ੍ਹੀ ਜਿਹੀ ਮੈਂ ਜਿਹੜੀ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ ਕਿ ਮੇਰੀ ਇਸ 'ਤੇ ਵੀਡੀਓ ਵੀ ਆਈ ਹੈ ਪਹਿਲਾਂ, ਉਹਦਾ ਮੈਂ ਡਿਸਕ੍ਰਿਪਸ਼ਨ ਬਾਕਸ 'ਚ ਲਿੰਕ ਦੇਵਾਂਗੀ ਕਿ ਬੱਚੇ ਨੂੰ ਕੁੱਟਣਾ ਮਾਰਨਾ ਸਹੀ ਹੈ? ਜੇ ਬੱਚੇ ਦਾ ਬਿਹੇਵੀਅਰ ਬੈਡ ਹੈਗਾ ਤਾਂ ਉਹਨੂੰ ਕੁੱਟੋ ਮਾਰੋ ਨਾ, ਪਲੀਜ਼। ਥੱਪੜ ਚੱਕਣ ਵਾਲਾ ਕੰਮ ਨਾ ਕਰੋ, ਕਿਉਂਕਿ ਪਹਿਲਾ ਥੱਪੜ, ਦੂਜਾ ਥੱਪੜ, ਦੂਜਾ ਥੱਪੜ, ਤੀਜਾ ਥੱਪੜ ਯੂਜ਼ ਟੂ। ਜਦੋਂ ਬੱਚੇ ਦੇ 3 ਥੱਪੜ ਪੈ ਜਾਂਦੇ ਉਹ ਯੂਜ਼ ਟੂ ਹੋ ਜਾਂਦਾ, ਅਤੇ ਉਹ ਗਲਤੀ ਕਰਨ ਵੇਲੇ ਡਰਦਾ ਨਹੀਂ ਹੈ, ਉਹ ਸੋਚਦਾ ਚਲੋ ਕੋਈ ਨਾ ਹੀ ਕਰ ਲਓ, ਥੱਪੜ ਹੀ ਪੈ ਜਾਊਗਾ, ਮੰਮਾ ਮੇਰਾ ਕੀ ਵਿਗਾੜ ਲੂਗੀ। ਨਹੀਂ, ਜੇ ਬੱਚੇ ਦੇ ਅੰਦਰ ਤੁਸੀਂ ਡਰ ਦੇਣਾ, ਆਪਣੇ ਪਿਆਰ ਦਾ ਡਰ ਦਵੋ, ਥੱਪੜ ਦਾ ਡਰ ਬਿਲਕੁਲ ਨਾ ਦਵੋ। ਜਿੱਦਾਂ ਛੋਟੀ ਜਿਹੀ ਇਗਜ਼ਾਮਪਲ ਜੇ ਮੈਂ ਤੁਹਾਨੂੰ ਆਪਣੀ ਸ਼ੇਅਰ ਕਰਾਂ, ਤਾਂ ਜੇ ਮੈਨੂੰ ਲੱਗਦਾ ਨਾ ਰਿਤਵੀ ਕਿਤੇ ਕੋਈ ਗਲਤੀ ਕਰਦੀ ਪਈ ਹੈ, ਮੈਂ ਕਦੀ ਵੀ ਉਹਨੂੰ ਕਿਸੇ ਦੇ ਸਾਹਮਣੇ ਬਿਲਕੁਲ ਨਹੀਂ ਡਾਂਟਦੀ, ਕਿਉਂਕਿ ਏਜ ਹੈ, ਬੱਚਾ ਬਹੁਤ ਕੁਛ ਕਰੇਗਾ। ਆਪਣੇ ਵੱਲ ਸੋਚੋ, ਆਪਾਂ ਕੀ ਕੁਛ ਕਰਦੇ ਹਾਂ, ਹੁਣ ਵੀ ਕਰਦੇ ਹਾਂ ਆਪਣੇ ਪੇਰੈਂਟਸ ਨਾਲ, ਅਸੀਂ ਹੁਣ ਵੀ ਕਰਦੇ ਹਾਂ, ਕੋਈ ਇੰਨਾ ਆਗਿਆਕਾਰੀ ਬੱਚਾ ਨਹੀਂ ਹੁੰਦਾ। ਜੇ ਮੈਂ ਖੁਦ ਇੱਕ ਆਗਿਆਕਾਰੀ ਬੱਚਾ ਨਹੀਂ ਹਾਂ, ਤਾਂ ਮੈਂ ਆਪਣੇ ਬੱਚੇ ਤੋਂ ਹੀ ਸਾਰੀ ਉਮੀਦਾਂ ਕਿਉਂ ਕਰਦੀ ਹਾਂ? ਹਰ ਐਕਸਪੈਕਟੇਸ਼ਨ ਬੱਚੇ ਤੋਂ ਹੀ ਕਿਉਂ ਰੱਖਣੀ ਹੈ? ਬੱਚੇ ਨੂੰ ਰੇਜ਼ ਕਰਨ ਤੋਂ ਪਹਿਲਾਂ ਖੁਦ ਨੂੰ ਰੇਜ਼ ਕਰੋ, ਬੱਚੇ ਨੂੰ ਸਮਝਾ ਸਮਝਾ ਕੇ ਉਹਨੂੰ ਬੋਰ ਨਾ ਕਰੋ, ਖੁਦ ਬੱਚੇ ਨੂੰ ਵੀ ਸਮਝਣਾ ਸਿੱਖੋ, ਕਿਉਂਕਿ ਜ਼ਮਾਨਾ ਹੀ ਇੱਦਾਂ ਦਾ ਹੈ, ਜ਼ਮਾਨੇ ਦੀਆਂ ਜ਼ਰੂਰਤਾਂ ਦੇ ਅਕੋਰਡਿੰਗ ਸਾਨੂੰ ਬਦਲਣਾ ਹੀ ਪਏਗਾ। ਜੇ ਆਪਾਂ ਆਪਣੀ ਪੋਜ਼ਿਟਿਵ ਪੇਰੈਂਟਿੰਗ ਰੱਖਣੀ ਹੈ ਨਾ, ਤਾਂ ਹਮੇਸ਼ਾ ਪੇਰੈਂਟਿੰਗ ਨੂੰ ਥੋਪਣਾ ਨਹੀਂ ਹੈ, ਹਮੇਸ਼ਾ ਉਹਦੇ ਉੱਤੇ ਸ਼ਿਕੰਜਾ ਨਹੀਂ ਬੰਨਣਾ ਆਪਣੇ ਬੱਚੇ ਦੇ ਉੱਤੇ। ਹਾਂ, ਬੱਚੇ ਨੂੰ ਆਜ਼ਾਦੀ ਦੇਣੀ ਹੈ, ਬੱਚੇ ਨੂੰ ਸਮਝ ਕੇ ਦੇਣੀ ਹੈ, ਬੱਚੇ ਨੂੰ ਇਸ ਕਾਬਲ ਬਣਾਉਣਾ ਹੈ ਕਿ ਉਸ ਆਜ਼ਾਦੀ ਦਾ ਜਿਹੜਾ ਉਹ ਗਲਤ ਫਾਇਦਾ ਨਾ ਉੱਠੇ। ਦੋਸਤੋ, ਇਹ ਸੀ ਮੇਰੀ ਛੋਟੀ ਜਿਹੀ ਕੋਸ਼ਿਸ਼। ਉਮੀਦ ਹੈ ਤੁਸੀਂ ਇਸ ਸਟੋਰੀ ਤੋਂ, ਛੋਟੀਆਂ ਛੋਟੀਆਂ ਗੱਲਾਂ ਤੋਂ ਸਮਝ ਗਏ ਹੋਗੇ ਕਿ ਬੱਚਿਆਂ ਦੇ ਅੱਗੇ ਹੱਥ ਖੜੇ ਕਰਨ ਨਾਲ ਕੁਛ ਨਹੀਂ ਬਣਨਾ, ਸਗੋਂ ਬੱਚੇ ਦਾ ਬਿਹੇਵੀਅਰ ਸਮਝੋ, ਬਿਹੇਵੀਅਰ ਦਾ ਰੀਜ਼ਨ ਸਮਝੋ, ਉਸ ਰੀਜ਼ਨ ਨੂੰ ਚੇਂਜ ਕਰੋ, ਫਿਰ ਬੱਚੇ ਦਾ ਜਿਹੜਾ ਬਿਹੇਵੀਅਰ ਹੈ ਉਹ ਚੇਂਜ ਹੋਏਗਾ। ਇਸ ਨਾਲ ਸੰਬੰਧਿਤ ਸਾਡੀ ਪਹਿਲਾਂ ਵੀ ਇੱਕ ਵੀਡੀਓ ਆ ਚੁੱਕੀ ਹੈ, ਜਿਹਦਾ ਡਿਸਕ੍ਰਿਪਸ਼ਨ ਬਾਕਸ 'ਚ ਲਿੰਕ ਹੋਏਗਾ, ਜਿਹਦਾ ਟਾਈਟਲ ਸੀਗਾ ਕਿ ਬੱਚੇ ਦੇ ਬੈਡ ਬਿਹੇਵੀਅਰ ਨੂੰ ਸੁਧਾਰਨਾ, ਕਿ ਉਹਨੂੰ ਕੁੱਟਣਾ ਮਾਰਨਾ ਜ਼ਰੂਰੀ ਹੈ, ਅਤੇ ਤੁਸੀਂ ਉੱਥੇ ਜਾ ਕੇ ਉਹਨੂੰ ਦੇਖ ਸਕਦੇ ਹੋ, ਤੁਹਾਡੀ ਬਹੁਤ ਹੈਲਪ ਹੋਏਗੀ। ਆਈ ਹੋਪ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ, ਤੁਹਾਡੀ ਥੋੜ੍ਹੀ ਬਹੁਤੀ ਤਾਂ ਹੈਲਪ ਹੋਏਗੀ। ਵੀਡੀਓ ਚੰਗੀ ਲੱਗੀ ਹੈ, ਲਾਈਕ ਜ਼ਰੂਰ ਕਰਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।